ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਮਸਲੇ ਜਦ ਸਾਂਝੇ ਹੁੰਦੇ ਹਨ ਤਾਂ ਉਹਨਾਂ ਸਾਂਝੇ ਮਸਲਿਆਂ ਦੇ ਵਿੱਚ ਆਵਾਜ਼ ਵੀ بلند ਹੁੰਦੀ ਹੈ ਅੱਜ ਕੋਈ ਪੰਥਕ ਚੋਣਾ ਨਹੀਂ ਨਾ ਹੀ ਕੋਈ ਪੰਜਾਬ ਦਾ ਅਜਿਹ੍ਹਾ ਮਸਲਾ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆ ਰਹੇ ਹਾਂ ਇਹ ਇੱਕ ਅਜਿਹ੍ਹਾ ਮਸਲਾ ਵੀ ਹੈ ਔਰ ਇੱਕ ਅਜਿਹ੍ਹਾ ਵਿਚਾਰਣ ਵਾਲਾ ਸਾਡਾ ਇੱਕ ਇਸ਼ੂ ਵੀ ਹੈ ਜੋ ਕਿ ਅਸੀਂ ਇਸ ਸਾਂਝੇ ਮਸਲੇ ਤਹਿਤ ਪ੍ਰੋਗਰਾਮ ਦੇ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਔਰ ਤੁਹਾਨੂੰ ਮੁਖਾਤਿਬ ਕਰਾਵਾਂਗੇ ਅੱਜ ਹੀ ਸੰਸਥਾਵਾਂ ਨਾਲ ਵੀ ਔਰ ਅਜਿਹੇ ਲੋਕਾਂ ਨਾਲ ਵੀ ਜਿਨ੍ਹਾਂ ਨੇ ਅੱਜ ਆਪਣੀ ਆਵਾਜ਼ ਬੁਲੰਦ ਕੀਤੀ ਹੈ ਕਿਸੰਗ ਲਈ ਸਿੰਘ 2021 ਦੀ ਆਵਾਜ਼ ਜਿਹੜੀ ਹੈ ਉਹ ਆ ਰਹੀ ਹੈ ਨਿਊਯਾਰਕ ਤੋਂ ਔਰ ਨਿਊਯਾਰਕ ਦੀ ਜਦ ਗੱਲ ਕਰਦੇ ਆ ਤਾਂ ਕਈ ਸਾਰੇ ਗੁਰਦੁਆਰਾ ਸਾਹਿਬਾਨ ਇੱਥੇ ਸ਼ਸ਼ੋਭਿਤ ਹਨ ਪਰ ਗੁਰਦੁਆਰਾ ਸਾਹਿਬ ਤੋਂ ਪੰਥਕ ਮਸਲੇ ਤੋਂ ਲਾਵਾ ਵੀ ਇੱਕ ਅਜਿਹਾ ਮਸਲਾ ਸਾਡੀ ਕਮਿਊਨਿਟੀ ਲਈ ਆਇਆ ਹੈ ਜਿਹਦੇ ਉੱਤੇ ਹੁਣ ਸਾਡਾ ਨਜ਼ਰ ਪਾਣੀ ਸਾਡਾ ਚੜਨਾ ਪਾਣਾ ਬੇਹੱਦ ਜ਼ਰੂਰੀ ਹੈ ਅੱਜ ਇੱਕ ਸਿੰਘ ਨੂੰ ਕਈ ਸਾਰੀ ਹੱਲਾਸ਼ੇਰੀ ਮਿਲ ਰਹੀ ਹਨ ਇਸ ਸਿੰਘ ਤੋਂ ਕਈ ਸਾਰੀ ਉਮੀਦਾਂ ਹਨ ਇਸ ਸਿੰਘ ਤੋਂ ਐਵੀ ਉਮੀਦ ਜਤਾਈ ਜਾ ਰਹੀ ਹੈ ਜੇਕਰ ਗਵਾਂਡੀ ਮੁਲਕ ਦੇ ਵਿੱਚ ਸਿੰਘ ਆਪਣਾ ਨਾਂ ਚਮਕਾ ਸਕਦੇ ਹਨ ਤਾਂ ਸਿੰਘ ਅਸੀਂ ਤੇਰ ਤੋਂ ਵੀ ਇਹ ਉਮੀਦ ਰੱਖਦੇ ਹਾਂ ਸਿੰਘ ਅਸੀਂ ਇਹ ਪੱਗ ਚਾਹੁੰਦੇ ਹਾਂ ਕਿ ਸਿਟੀ ਹਾਲ ਦੇ ਦਫ਼ਤਰ ਤੇ ਪਹੁੰਚੇ ਸਿੰਘ ਅਸੀਂ ਇਹ ਚਾਹੁੰਦੇ ਹਾਂ ਕਿ ਐਸੈਂਬਲੀਮੈਨ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਹੋਵੇ ਅਸੀਂ ਚਾਹੁੰਦੇ ਆ ਕਿ ਤੁਸੀਂ ਵੀ ਸਾਨੂੰ ਵਾਈਟ ਹਾਊਸ ਦੇ ਵਿੱਚ ਜਾ ਕੇ ਰਿਪਰੈਜ਼ੈਂਟ ਕਰੋ ਸਿੰਘ ਤੁਹਾਡੇ ਤੋਂ ਉਮੀਦ ਹਨ ਸਿੰਘ ਕਈ ਸਾਰੇ ਇਸ਼ੂ ਹਨ ਪਾਵਿਓ ਲਾਅ ਐਂਡ ਆਰਡਰ ਹੋਏ ਸਿੰਘ ਪਬਲਿਕ ਸੇਫਟੀ ਦੀ ਵੀ ਗੱਲ ਕਰੇਗਾ ਸਿੰਘ ਕੋਵਿਡ 19 স্মਲ ਬਿਜ਼ਨੈਸਸ ਟੈਕਸੀ ਕੰਸਟਰਕਸ਼ਨ ਔਰ ਜਿਹੜੇ ਸਾਡੇ ਭਰਾ ਹਨ ਉਹਨਾਂ ਨੂੰ ਕਿਵੇਂ ਅੱਗੇ ਲੈ ਕੇ ਜਾਏਗਾ ਸਿੰਘ 2021 ਦੇ ਵਿੱਚ ਕਿਹੜੇ ਮਸਲੇ ਸਿਟੀ ਹਾਲ ਦੇ ਵਿੱਚ ਰੱਖੇਗਾ ਜੀ ਹਾਂ ਇਸ ਸਿੰਘ ਲਈ ਅੱਜ ਬਾਬਾ ਮੱਖਣਸ਼ਾਲੂਬਾਣਾ ਸਿਕ ਸੈਂਟਰ ਤੇ ਸਿਕ ਕਲਚਰ ਸੁਸਾਇਟੀ ਤੇ ਸੰਤ ਬਾਬਾ ਪ੍ਰੇਮ ਸਿੰਘ ਸਿਕ ਕਲਚਰ ਸੁਸਾਇਟੀ ਤੇ ਵਕਫ ਵਕ ਹੋਰ ਜਿਹੜੀਆਂ ਸੰਸਥਾਵਾਂ ਹਨ ਉਹ ਅੱਜ ਅੱਥੇ ਪਹੁੰਚੀਆਂ ਹਨ ਇਸ ਸਿੰਘ ਨੂੰ ਕਹਿ ਰਹੀਆਂ ਹਨ ਸਿੰਘ ਤੂੰ ਜੋਰ ਲਾ ਸਿੰਘ ਤੂੰ ਹਿੰਮਤ ਕਰ ਅਸੀਂ ਤੇਰੇ ਨਾਲ ਆਂ ਇਹ ਜਿਹੜਾ ਸਿੰਘ ਹੈ ਇਹ ਹੈਗਾ ਜਪਨੀਤ ਸਿੰਘ ਜੋ ਠੀਕ ਮੇਰੇ ਨਾਲ ਖੜਾ ਹੈ ਸਿਟੀ ਕੌਂਸਲ ਡਿਸਟ੍ਰਿਕਟ 28 ਦੀਆਂ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਹਨ ਜਿਦੇ ਵਿੱਚ ਸਾਊਥ ਰਿਚਮਨਡ ਹਿੱਲ ਜਮਾਇਕਾ ਔਰ ਕਈ ਸਾਰੇ ਡਿਸਟ੍ਰਿਕਟ 28 ਦੇ ਵਿੱਚ ਜਿਹੜੇ ਸਾਊਥ ਜ਼ੋਨ ਪਾਰਕ ਜਿਹੜੇ ਇਲਾਕੇ ਹਨ ਉਹ ਆਉਂਦੇ ਹਨ ਜੇਕਰ ਤੁਸੀਂ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਸਿਟੀ ਦੀਆਂ ਚੋਣਾਂ ਹੁੰਦੀਆਂ ਹਨ ਪਹਿਲੇ ਤੁਹਾਨੂੰ ਪ੍ਰਾਇਮਰੀ ਜਿੱਤਨੀ ਪੈਂਦੀ ਹੈ ਜੇਕਰ ਤੁਸੀਂ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਹੋ ਫਿਰ ਤੁਸੀਂ ਜਨਰਲ ਇਲੈਕਸ਼ਨ ਦੇ ਵਿੱਚ ਜਾਂਦੇ ਹੋ ਤਾਂ ਸਿੰਘ ਜਿਹੜਾ ਸਾਡਾ ਜਪਨੀਤ ਸਿੰਘ ਹੈ ਉਹ ਜੂਨ 22 ਨੂੰ ਡੈਮੋਕ੍ਰੈਟਿਕ ਚੋਣਾਂ ਦੇ ਵਿੱਚ ਹੈ ਜੋ ਕਿ ਹੈ ਜੇ ਪ੍ਰਾਇਮਰੀ ਚੋਣਾਂ ਹਨ ਜਿਦੇ ਵਿੱਚ ਤੁਸੀਂ ਸਿੰਘ ਨੂੰ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ ਬਣਾਓਗੇ ਫਿਰ ਉਹ ਜਨਰਲ ਇਲੈਕਸ਼ਨ ਨਵੰਬਰ ਦੇ ਵਿੱਚ ਲੜੇਗਾ ਲੇਕਿਨ ਨਿ ਪ੍ਰਾਇਮਰੀ ਜਿੱਤ ਜਾਂਦਾ ਉਹਨੂੰ ਜਨਰਲ ਇਲੈਕਸ਼ਨ ਦੇ ਵਿੱਚ ਜਿਆਦਾ ਜਿਹੜੀ ਹੈਗੀ ਹੈ ਉਹ ਇੰਨੀ ਹਾਰਡ ਵਰਕ ਨਹੀਂ ਕਰਨਾ ਪੈਂਦਾ ਲੇਕਿਨ ਹਾਰਡ ਵਰਕ ਹੋਣੇ ਹੈ ਤਾਂ ਸਿੰਘ ਨੇ ਹਿੰਮਤ ਕੀਤੀ ਹੈ ਸਿੰਘ ਇੱਕ ਮੋਟੀਵੇਸ਼ਨ ਹੈਗਾ ਸਾਂਝੇ ਮਸਲੇ ਦੇ ਤਹਿਤ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ तमाम ਸ਼ਕਸ਼ੀਤਾ ਉਂਗੇ ਸ਼ਕਸ਼ੀਤਾ ਇੱਥੇ ਪਹੁੰਚੀ ਹਨ ਉਹਨਾਂ ਨੇ ਕਿਵੇਂ ਹੱਲਾਸ਼ੇਰੀ ਦਿੱਤੀ ਇਸ ਸਿੰਘ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਆਪ ਸਾਰੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਵਾ ਕਿ ਇਹ ਹਿਸਟਰੀ ਬਣ ਜਾ ਰਹੀ ਆ ਕਿ ਸਾਡਾ ਬੱਚਾ ਜੈਪਲਿਨ ਜੋ ਡਿਸਟ੍ਰਿਕਟ 28 ਦੇ ਵਿੱਚੋਂ ਪਹਿਲੀ ਵਾਰਾਂ ਸਿੱਖ ਇਲੈਕਸ਼ਨ ਲੜਨ ਵਾਸਤੇ ਜਾ ਰਿਹਾ ਵਾ ਮੈਂ ਬੇਨਤੀ ਕਰਦਾ ਵਾਂ ਆਪਣੇ ਸਮੁੱਚੇ ਭਾਈਚਾਰੇ ਨੂੰ ਆਪਣੀ ਸਮੁੱਚੀ ਕਮਿਊਨਿਟੀ ਨੂੰ ਕਿ ਵਾਅਦੇ ਤੋਂ ਵਾਅਦੇ ਵੋਟਾਂ ਪਾ ਕੇ ਆਪਣੇ ਬੱਚੇ ਨੂੰ ਕਾਮਯਾਬ ਕਰੀਏ ਕਿਉਂਕਿ ਅੱਜ ਤੱਕ ਅਸੀਂ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੂੰ ਵੋਟਾਂ ਦਿੱਤੀਆਂ ਵਾ ਪਰ ਇਹ ਪਹਿਲਾ ਟਾਈਮ ਹੈ ਕਿ ਜਦੋਂ ਆਪਾਂ ਇਹਨਾਂ ਦੀ ਪਰਖ ਦਾ ਟਾਈਮ ਆ ਕਿ ਇਹ ਸਾਡੀ ਸਪੋਰਟ ਕਰਦੇ ਆ ਕਿ ਨਹੀਂ ਕਰਦੇ ਸੋ ਮੈਂ ਬੇਨਤੀ ਕਰਦਾ ਵਾਂ ਕਿ ਜਿੱਥੇ-ਜਿੱਥੇ ਵੀ ਡਿਸਟ੍ਰਿਕਟ 28 ਦੇ ਵਿੱਚ ਸਾਡੀ ਕਮਿਊਨਿਟੀ ਦੇ ਜਾਂ ਤੁਹਾਡੇ ਨੇਬਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੋ ਮੈਟਰ ਕੋਈ ਸਕੇਨ ਆ ਕੋਈ ਬਰਾਦਰੀ ਆ ਕੋਈ ਕੋਈ ਕੰਟਰੀ ਆ ਸਾਰਿਆਂ ਨੂੰ ਆਪਨੇ ਬੇਨਤੀ ਕਰਨੀਆਂ ਕਿ ਆਪਾਂ ਸਾਰੇ ਰਲ ਕੇ ਵੱਧ ਤੋਂ ਵੱਧ ਜਪਲੀਨ ਦੀ ਸਪੋਰਟ ਕਰਕੇ ਇੱਕ ਹਿਸਟਰੀ ਕੈਮ ਕਰੀਏ ਕਿਉਂਕਿ ਇਹ ਬੜਾ ਵੱਡਾ ਚਾਂਸ ਆ ਸਾਡੇ ਵਾਸਤੇ ਕਿ ਇਹ ਵਧੀਆ ਮੌਕਾ ਵਾ ਕਿ ਆਪਾਂ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਿਸਟ੍ਰਿਕਟ 28 ਦੇ ਸਮੂਹ ਜਥੇਬੰਦੀਆਂ ਸਾਰੇ ਜੋ ਭੈਣ ਭਰਾ ਇੱਥੇ ਰਹਿੰਦੇ ਹਨ ਮੈਂ ਉਹਨਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਸਾਡਾ ਬੱਚਾ ਸਾਡਾ ਸਿੱਖ ਵੀਰ ਡਿਸਟ੍ਰਿਕਟ 28 ਤੋਂ ਪਹਿਲੀ ਵਾਰ ਇਹ ਹਿਸਟਰੀ ਦੇ ਵਿੱਚ ਆਇਆ ਹੈ ਵੀ ਇਹ ਖੜਾ ਹੈ ਮੈਂ ਸਾਰਿਆਂ ਦੇ ਭੈਣ ਭਰਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਦਿਓ ਇਹਨਾਂ ਦੇ ਨਾਲ ਹਰ ਕਿਸਮ ਦਾ ਸਾਥ ਦਿਓ ਇਹਨਾਂ ਨੂੰ ਵੋਟਾਂ ਪਾਓ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜੋ ਸਾਖ ਸੰਬੰਧੀ ਹਨ ਜੋ ਫਰੈਂਡਸ ਤੁਹਾਡੇ ਹਨ ਉਹਨਾਂ ਦੇ ਨਾਲ ਤਾਲਮਿਲ ਕਰਕੇ ਇਸ ਮੇਰੇ ਛੋਟੇ ਵੀਰ ਨੂੰ ਸਾਡੇ ਬੱਚੇ ਨੂੰ ਅਸੀਂ ਕਾਮਯਾਬ ਕਰੀਏ ਅਸੀਂ ਬਹੁਤ ਕੈਨੇਡਾ ਦੀਆਂ ਗੱਲਾਂ ਕਰਦੇ ਹਾਂ ਅੱਜ ਸਾਡੇ ਦੇ ਇਹ ਸਮਾਂ ਆ ਗਿਆ ਹੈ ਅਸੀਂ ਸਾਡੀ ਆਵਾਜ਼ ਉਠਾਉਣ ਵਾਸਤੇ ਸਾਡਾ ਇਹ ਜੋ ਬੱਚਾ ਹੈ ਖੜਾ ਹੈ ਅਸੀਂ ਚਾਹੁੰਦੇ ਹਾਂ ਵੀ ਸਾਡਾ ਕੋਈ ਵੀ ਸਿੱਖ ਉਸ ਥਾਂ ਸਾਡੀ ਜਾ ਕੇ ਗੱਲ ਕਰੇ ਅੱਜ ਸਮਾਂ ਹੈ ਆਓ ਸਾਰੇ ਰਲ ਮਿਲ ਕੇ ਇਸ ਵੀਰ ਨੂੰ ਵੋਟਾਂ ਨਾਲ ਦਿਤਾਈਏ ਤੇ ਇਸ ਦੇ ਨਾਲ-ਨਾਲ ਜੋ ਦੂਸਰੇ ਵੀ ਲੋਕ ਹਨ ਉਹਨਾਂ ਨੂੰ ਵੀ ਇਹੇ ਨੇਬਰ ਹਾਡੂ ਸਾਦੇ ਹਨ ਉਹਨਾਂ ਨੂੰ ਵੀ ਬੇਨਤੀਆ ਕਰੀਏ ਤੇ ਇਸ ਨੂੰ ਦਿਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਸਾਡਾ ਛੋਟਾ ਭਰਾ ਜਪਨੀਤ ਸਿੰਘ ਜਿਹੜਾ ਡਿਸਟ੍ਰਿਕਟ 28 ਤੋਂ ਕੌਂਸਲਮੈਨ ਦੀ ਇਲੈਕਸ਼ਨ ਲੜ ਰਿਹਾ ਹੈ ਸੋ ਮੈਂ ਸਾਰੀ ਕਮਿਊਨਿਟੀ ਨੂੰ ਇਹ ਤਗੀਦ ਕਰਦਾ ਹਾਂ ਔਰ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣਾ ਇਸ ਵਾਰੀ ਸਿੰਘ ਦੀ ਵਾਰੀ ਹੈ ਸੋ ਆਪਾਂ ਸਾਰੇ ਇੱਥੇ ਦੇ ਲੋਕਾਂ ਨੂੰ ਵੋਟਾਂ ਆ ਕੇ ਪੁਆਈਆਂ ਹਨ ਆਪਾਂ ਅੱਗੇ ਦੀ ਅੱਗੇ ਹੋ ਕੇ ਉਹਨਾਂ ਦੀ ਕੈਂਪੇਨ 'ਚ ਵੀ ਇਹ ਹਸਲਿਆ ਹੈ ਸੋ ਇਸ ਵਾਰ ਅਸੀਂ ਇਹੋ ਜਿਹਾ ਕੰਮ ਕਰੀਏ ਕਿ ਬਲਾਕ ਬਰ ਬਲਾਕ ਆਪਣੇ ਬਲਾਕ ਜਿੱਥੇ ਤੁਸੀਂ ਰਹਿੰਦੇ ਆ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਉੱਥੇ ਰਹਿੰਦਾ ਵਾ ਤੁਸੀਂ ਇਹੋ ਜਿਹਾ ਕੰਮ ਕਰੋ ਕਿ ਤੁਸੀਂ ਕੈਂਪੇਨ ਉਹਨਾਂ ਦੀ ਆਪ ਬਣ ਜਾਓ ਉਹਨਾਂ ਨੂੰ ਉਹਨਾਂ ਫਿਰਨਾ ਪਵੇ ਉਹਨਾਂ ਨੇ ਹੋਰ ਵੀ ਕੰਮ ਕਰਨੇ ਆਪਾਂ ਸਾਰੇ ਰਲ ਕੇ ਉਹਨਾਂ ਨੂੰ ਜਿਤਾਈਏ ਸੋ ਇਸ ਵਿੱਚ ਆਪਾਂ ਜਿੱਥੇ ਇਸ ਟੇਬਲ ਤੇ ਬੈਠੇ ਆਂ ਹਰ ਇੱਕ ਬੰਦਾ ਆਪਣੀ ਬਰੀ ਜ਼ਿੰਮੇਵਾਰੀ ਲੈ ਲਵੇ ਕਿ ਮੈਂ 50 ਤੋਂ 100 ਵੋਟਾਂ ਨੂੰ ਕੱਲੇ-ਕੱਲੇ ਨੂੰ ਪਾਉਣੀਆਂ ਵਾ ਤੇ ਸਾਡੀ ਜਿੱਤ ਪੱਕੀ ਆ ਸੋ ਆਪਾਂ ਇਹ ਅੱਜ ਨਰਨਾਂ ਲੈ ਕੇ ਜਾਈਏ ਆਪਾਂ ਇਹਨਾਂ ਨੂੰ ਜਿਤਾਉਣਾ ਹੈ ਇਸ ਵਾਰੀ ਸਿੰਘ ਦੀ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਟਸ ਅਬਾਊਟ ਟਾਈਮ ਦੈਟ ਆਵਰ ਵੌਇਸ ਬੀ ਹਰਡ ਜਸਟ ਲਾਈਕ ਦ ਅਦਰ ਕੰਟਰੀਜ਼ ਇਨ ਦ ਵਰਲਡ ਐਸਪੈਸ਼ਲੀ ਕੈਨੇਡਾ ਵੇਅਰ ਦ ਸਿੰਘਸ ਆਰ ਬੀਇੰਗ ਇੰਪਾਵਰਡ ਇਟ ਇਜ਼ ਟਾਈਮ ਦੈਟ ਆਵਰ ਵੌਇਸ ਬੀ ਇੰਪਾਵਰਡ It, we need the resources that our communities have not gotten yet and this is why i feel japneet singh should be our city council leader so he can voice our concerns sade wad wadareya ne bahut sade layi pichle 40 saala ton saada foundation ban gaya hai te sadi zimmedari bandi hai ki apa onde jo wadhiya kaam kite han apa agge leke challiye political vi socially vi ਤੇ ਕਾਰੋਬਾਰਾਂ ਚ ਵੀ ਤਰੱਕੀ ਕਰੀਏ ਪਰ ਪੋਲਿਟਿਕਸ ਨੂੰ ਅਗੇ ਲਿਆਣਾ ਬਹੁਤ ਜ਼ਰੂਰੀ ਏ ਇਸ ਕਰਕੇ ਮੈਂ ਅਪੀਲ ਕਰਨਾ ਹਾਂ ਆਪਾਂ ਸਾਰੇ ਹੀ ਆਪਣੇ ਵੀਰ ਜਪਨੀਤ ਸਿੰਘ ਨੂੰ ਵੋਟ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਸਾਡਾ ਜਿਹੜਾ ਬੱਚਾ ਪਗੜੀ ਧਾਰੀ ਮੈਂ ਕੰਨਾ ਕਿ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਸਿਟੀ ਕਾਉਂਸਲ ਦੀ ਇਲੈਕਸ਼ਨ ਲੜ ਰਿਹਾ ਆਪਾਂ ਇਹਦੀ ਸਪੋਰਟ ਕਰਨੀ ਆ ਵਤਵਾਦ ਹੋਰ ਜਦstraਪਰ ਦੂਜਿਆਂ ਦੀ سپورਟ ਕਰਦੇ ਸੀ ਉਹਨਾਂ ਨੂੰ ਆਪਾਂ ਨਾਲ ਜੋੜਨਾ ਕਿ ਉਹ ਸਾਡੇ ਨਾਲ ਰਲਣ ਤੇ ਔਰ ਅਸੀਂ ਇਹਦੀ سپورਟ ਕਰਕੇ ਇਹਨੂੰ ਜਿਤਾ ਕੇ ਅੱਗੇ ਲਾਈਏ ਕਿ ਸਾਨੂੰ ਬਹੁਤ ਜ਼ਰੂਰਤ ਹੈ ਕਿ ਸਿਟੀ ਦੇ ਵਿੱਚ ਜਾਣ ਦੀ ਜਿਵੇਂ ਕਿ ਅਸੀਂ ਸਾਡੇ ਬੱਚੇ ਜਾਣਗੇ ਔਰ ਉੱਥੋਂ ਦਾ ਸਾਨੂੰ ਸਾਰਾ ਪਤਾ ਲੱਗੇਗਾ ਕਿ ਸਿਟੀ ਦੇ ਵਿੱਚੋਂ ਅਸੀਂ ਕਿਸ ਤਰ੍ਹਾਂ ਫੰਡ ਲੈ ਸਕਨੇ ਆ ਔਰ ਕਿਸ ਤਰ੍ਹਾਂ ਸਾਡਾ ਸੀਨੀਅਰ ਸਿਟੀਜ਼ਨ ਨੇ ਉਹ ਕਿਦਾਂ ਆਪਣੇ ਉੱਥੇ ਕੋ ਆਪਣਾ ਸੈਂਟਰ ਬਣ ਸਕਦਾ ਸੋ ਇਹ ਸਾਰਾ ਕੁਝ ਇਹਨਾਂ ਬੱਚਿਆਂ ਤੇ ਹੀ ਆ ਸੋ ਇਹੀ ਬੇਨਤੀ ਆ ਕਿ ਆਪਾਂ ਇਹਨੂੰ ਵੋਟ ਕਰਕੇ ਔਰ ਸਪੋਰਟ ਕਰਕੇ ਆਪਾਂ ਅੱਗੇ ਇਹਨੂੰ ਲਿਆਈਏ ਬੱਚੇ ਨੂੰ ਔਰ ਇਹ ਸਾਡਾ ਸਾਰਿਆਂ ਦਾ ਇੱਜ਼ਤਮਾਨ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਮਾਨਵਲੀ ਗੱਲ ਹੈ ਤੇ ਪਹਿਲੀ ਵਾਰੀ ਇੱਕ ਸਿੰਘ ਇਸ ਏਰੀਆ ਜਿਹੜਾ ਆਪਾਂ ਲਿਟਲ ਪੰਜਾਬ ਕਹਿੰਦੇ ਆ ਬੈਲਟ ਤੇ ਆਇਆ ਤੁਹਾਡੇ ਪਿਆਰ ਤੇ ਸਤਿਕਾਰ ਨਾਲ ਨਾਓ ਇਸ ਸਾਡੀ ਵਾਰੀ ਹੈ ਵੀ ਹੈਵ ਅ ਚਾਂਸ ਟੂ ਮੇਕ ਹਿਸਟਰੀ ਟੂਗੇਦਰ ਐਂਡ ਹੈਵ ਅ ਸਾਊਥ ਏਸ਼ੀਅਨ ਸਾਊਥ ਏਸ਼ੀਅਨ ਤੇ ਸਿੱਖ ਇੱਕ ਜਿੱਤਣ ਦੀ ਟਾਈਮ ਆ ਗਿਆ ਕਿ ਆਪਣੀ ਆਪਣੀ ਆਵਾਜ਼ ਆਪਣੀ ਕਮਿਊਨਿਟੀ ਦੀ ਆਵਾਜ਼ ਸਿਟੀ ਹਾਲ ਲੈ ਕੇ ਜਾਈਏ ਥੈਂਕ ਯੂ ਸੋ ਮੱਚ ਇਸ ਸਿੰਘ ਨੂੰ ਅੱਜ ਹੱਲਾ ਸ਼ੇਰੀ ਦਿੱਤੀ ਜਾ ਰਹੀ ਹੈ ਸਿੰਘ ਨੂੰ ਕਿਹਾ ਜਾ ਰਿਹਾ ਤੂੰ ਹਿੰਮਤ ਕਰ ਅਸੀਂ ਤੇਰੇ ਨਾਲ ਖੜੇ ਹਾਂ ਫਿਲਹਾਲ ਮੈਂ ਇੱਕ ਬ੍ਰੇਕ ਲਈ ਤੇ ਰੁਕ ਰਿਹਾ ਬ੍ਰੇਕ ਤੋਂ ਬਾਅਦ ਵੀ ਸੱਚਖੰਡ ਦਰਬਾਰ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਉਹਦੇ ਵੀ ਤਮਾਮ ਪ੍ਰਬੰਧਕ ਇੱਥੇ ਪਹੁੰਚੇ ਹਨ ਬਾਬਾ ਮੱਖਣ ਸ਼ਾਲੂ ਬਾਣਾ ਸੇ ਕਲਚਰ ਸੋਸਾਇਟੀ ਦੇ तमाम ਜਿਹੜੇ ਮੁੱਖ ਸੇਵਾਦਾਰ ਉਹ ਪਰਾਇ ਸਾਬ ਉਹਨੇ ਆਪਣੀ ਗੱਲ ਕਹੀ ਔਰ ਉਸ ਤੋਂ ਇਲਾਵਾ ਬਲਦੇਵ ਸਿੰਘ ਗਿਲਜਿਆ ਉਹਨੇ ਆਪਣੀ ਗੱਲ ਕਹੀ ਤਾਂ ਦੋਵੇਂ ਗੁਰੂ ਘਰ سپورਟ ਕਰ ਰਹੇ ਨੇ ਸਚਖੰਡ ਸ਼੍ਰੀ ਗੁਰਦੁਆਰਾ ਸਾਹਿਬ ਤੋਂ ਵੀ ਜਿਹੜੇ ਨੇ ਪ੍ਰੇਮਪੁਰਾ ਸਾਹਿਬ ਬਕਾਇਦਾ ਉਹ ਵੀ ਇੱਥੇ ਤਸ਼ਰੀਫ ਫਰਮਾਨ ਹਨ ਉਹਨੇ ਵੀ ਆਪਣੀ ਗੱਲ ਕਹੀ ਬ੍ਰੇਕ ਤੋਂ ਬਾਅਦ ਲਗਾਤਾਰ ਸਾਂਝੇ ਮਸਲੇ ਇਸੇ ਤਰੀਕੇ ਨਾਲ ਜਾਰੀ ਰਹੇਗਾ Why ka fate? I appeal to everybody who resides in District 28 to please vote for Japneet Singh on June 22nd for running for City Council. Why Ji ka khalsa? Why Ji ki fate? Namaste, everybody. Uh, my name is Shivani on Japneet Singh's team. I'm actually Guyanese from. Uh, I'm a Guyanese Hindu from the community, and what we want to do, especially, is bridge. the gap between our communities because we need to support each other to win this and that's the only way that that's going to happen so vote june 22 for japneet singh vai guruji ka khalsa vai guruji ki khate jis tarah ke sare bhawana ne sade pehlan bolya ke sada beta japneet singh jehda district 28 to city council waste election lad reya sanu takriban us vich aya nu takriban 40 sal ho gaya ਅਸੀਂ ਇੱਥੇ ਆ ਕੇ ਆਪਣੇ ਬੱਚੇ ਪੜਾਏ ਆ ਕੋਈ ਡਾਕਟਰ ਬਣਿਆ ਕੋਈ ਇੰਜੀਨੀਅਰ ਬਣਿਆ ਕੋਈ ਇਲੈਕਟ੍ਰੀਸ਼ੀਅਨ ਬਣਿਆ ਬਹੁਤ ਦੇਰ ਹੋ ਗਈ ਅਸੀਂ ਇਸ ਫੀਲਡ ਦੇ ਵਿੱਚ ਪ੍ਰੈ ਟਿਕਲ ਫੀਲਡ ਦੇ ਵਿੱਚ ਨਹੀਂ ਆਏ ਸਾਨੂੰ ਆਉਣਾ ਚਾਹੀਦਾ ਸਾਡੇ ਬੱਚੇ ਪੜ੍ਹ ਲਿਖ ਕੇ ਜਿਹੜੇ ਜਿਸ ਤਰ੍ਹਾਂ ਤੁਸੀਂ ਹੁਣੇ ਸੁਣਿਆ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਸਾਡੇ ਵੀਰ ਭਰਾ ਉੱਥੇ ਇੰਡੀਆ ਦੇ ਵਿੱਚ ਫਾਰਮਰ ਜਿਹੜੇ ਇਸ ਵੇਲੇ ਬਹੁਤ ਜद्दोजहद ਕਰ ਰਹੇ ਆ ਅਗਰ ਸਾਡਾ ਕੋਈ ਵੀ ਸਿਟੀ ਕੌਂਸਲਰ ਵਾਸਤੇ ਪਹਿਲੋਂ ਜਾਂ ਅਸੈਂਬਲੀ ਮੈਂਬਰ ਜਾਂ ਹੋਰ ਕਿਸੇ ਵੀ ਕਾਂਗਰਸਮੈਨ ਜਾਂ ਕਿਸੇ ਵੀ ਹੋਰ ਸਿਸਟਮ ਦੇ ਵਿੱਚ ਅਗਰ ਕੋਈ ਸਾਡਾ ਸਿੰਘ ਹੁੰਦਾ ਤੇ ਉਹ ਸਾਡੇ ਫਾਰਮਾਂ ਦੀ ਜਿੱਦਾਂ ਇੰਗਲੈਂਡ ਤੇ ਕੈਨੇਡਾ ਦੇ ਵਾਜ ਉਠਾਈ ਆ ਉਹ ਆਵਾਜ਼ ਜ਼ਰੂਰ ਉਠਾਉਂਦਾ ਪਰ ਇੱਥੇ ਅਸੀਂ 40 ਸਾਲਾਂ ਤੋਂ ਹਰ ਕੰਮ ਕੀਤਾ ਇਸ ਕੰਮ ਦੇ ਵਿੱਚ ਨਹੀਂ ਪਏ ਹੁਣ ਅਗਰ ਸਾਡਾ ਬੇਟਾ ਇਸ ਕੰਮ ਦੇ ਵਿੱਚ ਪਿਆ ਸਾਨੂੰ ਖਾਸ ਕਰਕੇ ਜਿਹੜੇ ਸਾਡੇ ਜੰਗ ਮੁੰਡੇ ਆ ਸਾਡੀਆਂ ਬੇਟੀਆਂ ਵਾਂ ਸਾਡੇ ਭੈਣ ਭਰਾ ਵਾਂ ਜਿਹੜੇ ਸਟੂਡੈਂਟ ਆ ਖਾਸ ਕਰਕੇ ਉਹਨਾਂ ਨੂੰ ਇਸ ਇਲੈਕਸ਼ਨ ਜਿੱਤਣ ਵਾਸਤੇ ਕੱਲਾ ਡਿਸਟ੍ਰਿਕਟ 28 ਦੇ ਵਿੱਚ ਜਿਹੜੀਆਂ ਜਿਹੜੀਆਂ ਇਹਨਾਂ ਦੇ ਕੋਲ ਮੈਂ ਮੈਂ ਪਿਆ 28 ਡਿਸਟ੍ਰਿਕਟ ਦਾ ਉਹ ਇਹਨਾਂ ਨੂੰ ਆਪਣੀ ਟੀਮ ਨੂੰ ਜੋ ਵੀ ਇਹਨਾਂ ਨੇ ਟੀਮ ਬਣਾਈਆਂ ਉਹਨੂੰ ਵੰਡ ਕੇ ਬਲਾਕ ਵਾਈਜ਼ ਦੇ ਦੇਣਾ ਚਾਹੀਦਾ ਸਟਰੀਟ ਵਾਈਜ਼ ਇਹ ਜਿਹੜਾ ਆ ਜਿਹੜੇ ਇੰਨਾ ਗਰੁੱਪ ਆ ਇਹ ਐਸ 3 ਤੇ ਕੰਮ ਕਰੂਗਾ ਜਿਹੜਾ ਇੰਨਾ ਗਰੁੱਪ ਐਸ 3 ਤੇ ਕੰਮ ਕਰੂਗਾ ਔਰ ਇਹ ਰਿੰਗਾ ਵੀ ਕੱਲਾ ਜਿਹੜਾ ਸਿੱਖ ਕਮਿਊਨਿਟੀ ਨੂੰ ਇਹਨਾਂ ਨੂੰ ਬੰਗਲਾਦੇਸ਼ ਪਾਕਿਸਤਾਨ ਖਾਸ ਕਰਕੇ ਗਿਆਨੀ ਕਮਿਊਨਿਟੀ ਦੇ ਕੋਲ ਸਾਡੀ ਜਿਹੜੀ ਮੀਟਿੰਗ ਆ ਕੱਲ ਹੀ ਅਸੀਂ ਜਿਹੜੀ 102 ਕਮਿਊਨਿਟੀ ਕਾਉਂਸਲ ਦੀ ਮੀਟਿੰਗ ਕੱਲ ਸੀਗੀ ਹੁਣ ਅਗਲੇ ਉਹ ਜਿਹੜੀ 1 ਮਈ ਮਈ ਨੂੰ ਪਹਿਲਾ ਟੂਡੇ ਜਿਹੜਾ ਉਦੋਂ ਉਹ ਮੀਟਿੰਗ ਹੋਣੀ ਆ ਤਕਰੀਬਨ ਸ਼ਾਮ ਨੂੰ 7 ਵਜੇ ਉਹ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਾਰੇ ਗੋਰੇ ਕਾਲੇ ਜੋ ਵੀ ਸਾਰੀਆਂ ਕਮਿਊਨਿਟੀਆਂ ਦੇ ਬੰਦੇ ਜੂਸ਼ ਵੀ ਜਿੰਨੇ ਵੀ ਸਾਰੀਆਂ ਕਮਿਊਨਿਟੀਆਂ ਦੇ ਬੰਦੇ ਇਕੱਠੇ ਹੁੰਦੇ ਆ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਬੇਟੇ ਨੂੰ ਵੀ ਉਦੋਂ ਜ਼ਰੂਰ ਉੱਥੇ ਆਉਣ ਮੈਂ ਇਹਨਾਂ ਨੂੰ ਪਹਿਲਾਂ ਟਾਈਮ ਵੀ ਦੱਸ ਦੇਵਾਂਗਾ ਤਾਂ ਕਿ ਅਸੀਂ ਹੁਣ ਮੈਂ ਇਹੇ ਬੇਨਤੀ ਕਰਦਾ ਵੀ ਆਪਾਂ ਸਾਰੇ ਜਿਹਨੇ ਜਿੰਨੇ ਵੀ ਬੈਠੇ ਆ ਆਪਣੇ ਭੈਣ ਭਰਾਵਾਂ ਨੂੰ ਖਾਸ ਕਰਕੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੇ ਇਲੈਕਸ਼ਨ ਜਿਤਾਉਣੀ ਆ ਉਹ ਘਰ ਘਰ ਜਾਣ ਤੇ ਇਹਨਾਂ ਦੀ ਇਲੈਕਸ਼ਨ ਬਾਰੇ ਇਹਨਾਂ ਦੀ ਵੋਟ ਬਾਰੇ ਗੱਲ ਕਰਨ ਤਾਂ ਕਿ ਸਾਡਾ ਬੱਚਾ ਜਿਹੜਾ ਸਿਟੀ ਹਾਲ ਦੇ ਵਿੱਚ ਜਾ ਕੇ ਆਪਣੇ ਜਿਸ ਤਰ੍ਹਾਂ ਕਿ ਸਾਡੇ ਸਿੱਖਾਂ ਨਾਲ ਕਈ ਵਧਿਕੀਆਂ ਹੁੰਦੀਆਂ ਹਨ ਕਈ ਥਾਂ ਸਾਡੇ ਨਾਲ ਵਾਧੇ ਹੁੰਦੇ ਹਨ ਉਹਨਾਂ ਦਾ ਜਿਹੜਾ ਹੱਲ ਕਰ ਸਕੇ ਤੇ ਸਾਡੇ ਜੋ ਵੀ ਜੋ ਵੀ ਇੰਡੀਆ ਦੇ ਵਿੱਚ ਸਾਡੇ ਅੰਗੇਸਟ ਸਿੱਖਾਂ ਦੇ ਉੱਥੇ ਫੰਕਸ਼ਨ ਚੱਲਦੇ ਆ ਉਹਦੀ ਉੱਥੇ ਜਾ ਕੇ ਆਵਾਜ਼ ਉਠਾ ਸਕੇ ਇਸ ਕਰਕੇ ਮੈਂ ਦੁਬਾਰਾ ਬੇਨਤੀ ਕਰਦਾ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਾਡੇ ਜੰਗ ਬੱਚਿਆਂ ਨੂੰ ਸਾਰੇ ਜਣੇ ਜੂਨ 22 ਨੂੰ ਮੇਰੇ ਖਿਆਲ ਜਿਹੜੇ ਡੈਮੋਕ੍ਰੇਟ ਆ ਉਹੋ ਹੀ ਇਹ ਜਿਹੜੀ ਡੈਮੋਕ੍ਰੇਟ ਦੀ ਪ੍ਰਾਈਮਰੀ ਆ ਉਹਦੇ ਵਿੱਚ ਵੋਟ ਪਾ ਸਕਦੇ ਆ ਜਿਹੜੇ ਰਿਪਬਲਿਕ ਨੇ ਆ ਜਦੋਂ ਇਹ ਡੈਮੋਕ੍ਰੇਟੀ ਜਿਹੜੀ ਇਹ ਪ੍ਰਾਈਮਰੀ ਡੈਮੋਕ੍ਰੇਟ ਦੀ ਜਿੱਤ ਗਿਆ ਤੇ ਅਗਲੀ ਵਾਰੀ ਜਿਹੜੀ ਇਲੈਕਸ਼ਨ ਜਿਹੜੀ ਨਵੰਬਰ ਦੇ ਵਿੱਚ ਹੋਣੀ ਆ ਉਹਦੇ ਵਿੱਚ ਸਾਰੇ ਜਣੇ ਜਿਹੜੇ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ ਵੋਟ ਪਾ ਸਕਦੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜ਼ਰੂਰੀ ਆਪਣੇ ਘਰਾਂ ਤੋਂ ਨਿਕਲੋ ਤੇ ਵੋਟ ਪਾਓ ਇਹਨੂੰ ਕਾਮਯਾਬ ਕਰੋ ਤਾਂ ਕਿ ਜਿਹੜੀ ਸਿੱਖਾਂ ਦੀ ਆਵਾਜ਼ ਆ ਇਹ ਚੜ੍ਹਦੀ ਕਲਾ ਵਿੱਚ ਲਿਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੁਡੇ ਵੀ ਆਲ ਹੇਅਰ ਟੂ ਰਿਪਰੈਜ਼ੈਂਟ ਅ ਸਿੰਘ ਐਂਡ ਦਸ ਸਿੰਘਜ਼ ਨੇਮ ਇਜ਼ ਜਪਨੀ ਸਿੰਘ ਐਂਡ ਦ ਸਿਗਨੀਫਿਕੈਂਸ ਆਫ ਵਾਈਡ ਦ ਸਿੰਘ ਸ਼ੁੱਡ ਸਟੈਂਡ In New York City Hall is because coming from our religion, our culture, our guru told us to fight for injustice. Okay? Whenever there's injustice, we need to stand for it. But how can we fight for that injustice when in, we're living in the community that is not providing justice to us? In Richmond Hill, the Sikh community, the West, Indi West Indian Guyanese community, has been living here for almost 30 to 40 years they have started their own businesses regarding construction or uh, any, any type of businesses, daycare centers, or any type of basically uh, 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 concern, starting from small bodegas to grocery stores, to supermarkets, to indo-south asian grocery. but we were left out. where were we left out? and why we need this thing, japanese thing, to be in new york city hall? today, if a chinese person gets attacked, in Chinatown and gets blamed for COVID, the city is ready to protest and put people behind jail. In 2001, on 9 11, the amount of Sikhs that were attacked in Richmond Hill and in New York City and all throughout the state, even the shooting in Wisconsin, Milwaukee at the Sikh temple, what did we get? Did we get any justice? Did, did, the, did anyone look out for us? Is anyone looking out for us? we have a issue with mental health in this neighborhood ਆ ਪਾਰਕ ਵੇਖ ਲੋ ਇੱਥੇ ਕਈ ਵੀਰ ਸਵੇਰੇ ਲੇਬਰ ਵਾਸਤੇ ਖੜੇ ਹੁੰਦੇ ਨੇ ਕਈ ਵੀਰ ਸ਼ਰਾਬ ਪੀਂਦੇ ਨੇ ਹੋਮਲੈਸ ਹੋ ਗਏ ਨੇ ਉਹਨਾਂ ਨੂੰ ਅੱਗੋਂ ਕੀ ਨਹੀਂ ਮਿਲਦਾ ਵਿਆ ਕੰਮ ਨਹੀਂ ਮਿਲਦਾ ਵਿਆ ਜਾਂ ਉਹਨਾਂ ਨੂੰ ਕੋਈ ਸਮਝਾਣ ਵਾਲਾ ਨਹੀਂ ਹੈਗਾ ਤੇ ਅਸੀਂ ਕਿਸ ਤੇ ਬਲੇਮ ਲਾਉਨੇ ਆ ਗੁਰੂ ਘਰਾਂ ਤੇ ਗੁਰੂ ਘਰ ਸਾਡਾ ਇੱਕ ਬੇਸਿਕਲੀ ਸੈਂਟਰ ਬਣਿਆ ਹੈ ਕਿ ਸਾਡੇ ਗੁਰੂ ਨੇ ਕਿਹਾ ਵੰਡ ਕੇ ਛਕੋ ਤੇ ਅਸੀਂ ਲੰਗਰ ਪ੍ਰੋਵਾਈਡ ਕਰਦੇ ਵੇ ਆ ਇਹਨਾਂ ਨੂੰ When the city, just go budget, they have everything. They're not providing us with what, what the, we need. The Guyanese community needs social services, mental health services. We need to be. We need grants to allow give uh, education to our kids, proper education everyone, you go down to brooklyn, you go down to manhattan, there's kids getting ipads on the streets like no tomorrow. i want to know, did we even, did any person, any politician come down here and mourn the amount of 150 indian southeast or sikh or hindu people that have died from covid? jamaica hospital is right down the center. it was one of the covid center barriers. till now, no one is educating us. where were the vaccinations? why are we not telling about the three different types of vaccine so basically aa sardar banda jaauga sanu insaaf do aauga te ta innu represent kariye par represent to pehla hai ke appa ekta kariye main district ch belong nahi karda par mere jinne veer hage ne na eh area de vich belong karde ne saath dovo kalu tonu vi itthe kuch stand mile appa har saal democrat vote karde na jar public karde na jinnu vi kardeya sade gurukaran ch aande sare ha na promise karde ne sare gallan karke te phir chal jande ne ਇਮੀਗ੍ਰੇਸ਼ਨ ਦਾ ਸਟੇਟਸ ਕੀ ਨਾ ਦਾ ਵੀ ਰੋਜ਼ ਦਿਹਾੜੀ ਲਾਂਦੇ ਨੇ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਜੇ ਕੱਲ ਨੂੰ ਤੁਸੀਂ ਜਹੂਦੀ ਕਮਿਊਨਿਟੀ ਦੀ ਮੈਂਸ਼ਨ ਕੀਤੀ ਅੰਕਲ ਜੀ ਨੇ ਜਹੂਦੀ ਕਮਿਊਨਿਟੀ ਦੇ ਵਿੱਚ ਜਿੰਨੇ ਸਿਨੇਗಾಗ್ ਨੇ ਨਾ ਉਹਨਾਂ ਨੇ ਵਾਲੰਟੀਅਰ ਐਂਬੂਲੈਂਸ ਸਰਵਿਸ ਲਗਾਈਏ ਅਪੀਲੀਆਂ ਤੁਸੀਂ ਚੱਲ ਜਾਓ ਫੋਰੈਸਟ ਚ ਚੱਲ ਜਾਓ ਦੇ ਰੈਪਰਿਜ਼ੈਂਟ ਦੇ ਓਨ ਕਮਿਊਨਿਟੀ ਵਾਈ ਬਿਕਾਸ ਇਕਤਾ ਹੈ ਪਰ ਇਹ ਬੱਚੇ ਹੀ ਤੁਹਾਡੇ ਘਰਾ ਸਕਦੇ ਨੇ ਜ਼ਰੂਰੀ ਨਹੀਂ ਤੁਹਾਨੂੰ ਸਾਰੇ ਡਾਕਟਰ ਹੀ ਚਾਹੀਦੇ ਨੇ ਜਾਂ ਇੰਜੀਨੀਅਰ ਇੱਕ ਦੂਜੇ ਦਾ ਸਾਨੂੰ ਸਾਥ ਚਾਹੀਦਾ ਹੈ ਕੰਸਟਰਕਸ਼ਨ ਵੀ ਇੱਕ ਪ੍ਰੋਫੈਸ਼ਨਲ ਲੈਵਲ ਦਾ ਫੀਲਡ ਹੈ ਉਹਨੂੰ ਪ੍ਰੋਫੈਸ਼ਨਲ ਸਮਝੋ ਸਾਥ ਚਾਹੀਦਾ ਤੁਹਾਨੂੰ ਸਾਥ ਆ ਮਤਲਬ ਬਰਾਦਰੀਆਂ ਇਹ ਉਹ ਐਸਾ ਸਾਰਾ ਕੁਝ ਸਾਈਡ ਤੇ ਰੱਖ ਕੇ ਨਾ ਉਹ ਵੈਸਟ ਇੰਡੀਅਨ ਕਮਿਊਨਿਟੀ ਸਾਡੇ ਨਾਲ ਹੈ ਜਿੰਨੀ ਵੀ ਕਮਿਊਨਿਟੀ ਇੱਥੇ ਹੈਗੀਆਂ ਲੈਸ ਵਰਕ ਟੂਗੇਦਰ ਲੈਸ ਅਵੇਅਰ ਥੈਟ ਯੂ ਨੋ ਵੀ ਸਾਨੂੰ ਕਿਹੜੇ ਜਸਟਿਸ ਮਿਲਦੀ ਵੀ ਸਾਨੂੰ ਇੰਡੀਆ ਦੇ ਕਾਲੇ ਕਾਨੂੰਨਾਂ ਦਾ ਪਤਾ ਹੈ ਪਰ ਸਾਨੂੰ ਇੱਥੇ ਜਿਹੜਾ ਸਾਨੂੰ ਮਿਲਣੀ ਚਾਹੀਦੀ ਏ ਵਾਈ ਬੀ ਨਾ ਗੈਟਿੰਗ ਥੈਟ ਅਸੀਂ ਵੀ ਆ ਵੀ ਓਨਲੀ ਮੇਕ 3% 3% ਆਫ ਦਾ ਪੋਪੂਲੇਸ਼ਨ ਕੋਰੋਨਾ ਕਿਲਸ 1% ਆਫ ਦਾ ਪੋਪੂਲੇਸ਼ਨ ਈਚ ਈਅਰ ਦਿਸ ਇ ਕੋਰੋਨਾ ਆਮ ਜਸਟ ਗਿਵਿੰਗ ਯੂ 1% ਆਫ ਦਾ ਪੋਪੂਲੇਸ਼ਨ ਕਾਲੂ ਇਦਾਂ ਦਾ ਵੈਰੀਐਂਟ ਆ ਜਿਹੜਾ ਕੱਲਿਆ ਸਿੱਖਾਂ ਨੂੰ ਅਟੈਕ ਕਰਦਾ ਤੇ ਤੁਹਾਡਾ ਤਿੰਨ ਸਾਲਾਂ ਦੇ ਵਿੱਚ ਤੇ ਸਾਰਾ ਕੰਮ ਖਰਾਬ ਹੋ ਸਕਦਾ ਪਲੀਜ਼ ਇਹ ਚੀਜ਼ ਨੂੰ ਫੋਕਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤੁਹਾਡੇ ਸਾਰੇ ਜਿਹੜੇ ਤੁਸੀਂ ਆਏ ਹੋ ਜਪਨੀਦੀ سپورਟ 'ਚ ਸਾਰਿਆਂ ਦਾ ਧੰਨਵਾਦੀ ਆ ਇਹ ਸਾਡਾ ਫਰਜ਼ ਵੀ ਬਣਦਾ ਹੈ ਪਹਿਲਾ ਸਿੱਖ ਸਾਡਾ 28 ਡਿਸਟ੍ਰਿਕਟ 'ਚ ਮੈਦਾਨ 'ਚ ਆਇਆ ਤੇ ਆਪਾਂ ਇਸ ਏਰੀਏ ਨੂੰ ਮਿੰਨੀ ਪੰਜਾਬ ਕਹਿੰਦੇ ਆ ਤੇ ਜੇ ਮਿੰਨੀ ਪੰਜਾਬ 'ਚ ਅਸੀਂ ਬੱਚੇ ਨੂੰ ਕਾਮਯਾਬ ਨਹੀਂ ਨਾ ਕਰਦੇ ਤੇ ਉਹ ਗੁਨਾਹ ਦਾ ਰਸੀ ਆ ਬੱਚੇ ਨੇ ਬੜੀ ਹਿੰਮਤ ਕੀਤੀ ਜਿਹੜਾ ਅੱਗੇ ਵਧਣ ਦਾ ਕੰਮ ਕੀਤਾ ਅਸੀਂ ਬੜੀਆਂ ਮੱਲਾਂ ਮਾਰ ਲੀਆਂ ਬਿਜ਼ਨਸ 'ਚ ਹੋਰ ਕਾਰੋਬਾਰਾਂ 'ਚ ਗੁਰੂ ਘਰ ਬਣਾਲੇ ਪਰ ਇਹ ਬੜਾ ਵਧੀਆ ਸੁਭ ਛਗਣ ਹੈ ਵੀ ਅਸੀਂ ਆਪਣਾ ਇੱਕ ਪੱਗ ਵਾਲਾ ਸਰਦਾਰ ਸਿਟੀ ਕਾਉਂਸਲ ਬਣਾਈਏ ਔਰ ਆਪਣੀਆਂ ਪ੍ਰੋਬਲਮਾਂ ਦਾ ਉਹਨਾਂ ਨੂੰ ਹੱਲ ਕਰਨ ਵਾਸਤੇ ਦਸੀਏ ਇਹ ਬੜੇ ਮਾਣ ਵਾਲੀ ਗੱਲ ਹੈ ਆਪਾਂ ਸਾਰੇ ਹੀ ਆਪਣੇ ਧੜਿਆਂ ਤੋਂ ਉੱਚੇ ਉੱਠ ਕੇ ਇੱਕ ਸਰਦਾਰ ਦੀ ਸਪੋਰਟ ਕਰੀਏ ਜਪਨੀਤ ਸਿੰਘ ਸਰਦਾਰ ਹੈ ਬਾਕੀ ਧੜੇ ਬਾਅਦ 'ਚ ਨੇ ਆਪਾਂ ਨੂੰ ਬੜੀ ਖੁਸ਼ੀ ਹੋਵੇ ਕਿ ਜੇਹੀ ਸਾਰੇ ਇਕਤਾ ਕਰਕੇ ਦੂਜੀਆਂ ਕਮਿਊਨਿਟੀਆਂ ਨੂੰ ਵੀ ਨਾਲ ਲੈ ਕੇ ਬੱਚੇ ਨੂੰ ਕਾਮਯਾਬ ਕਰੀਏ ਸਾਰਿਆਂ ਨੂੰ ਜੀ ਆਇਆਂ ਔਰ ਜਸ ਪੰਜਾਬੀ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੱਚੇ ਦੀ ਸਪੋਰਟ ਵਾਸਤੇ ਆਏ ਨੇ ਜੀ ਆਇਆਂ ਜੀ ਆਇਆਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਨੀਰ ਸਿੰਘ ਨੂੰ ਸਪੋਰਟ ਕਰਨਾ ਸਾਡੀ ਕਮਿਊਨਿਟੀ ਦਾ ਤੇ ਫਰਜ਼ ਬੰਦਾ ਹੀ ਏ ਔਰ ਅਸੀਂ ਕਰਾਂਗੇ ਵੀ ਪਰ ਮੈਂ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਇੰਨੇ ਵੱਡੇ ਲੈਵਲ ਦਾ ਇਲੈਕਸ਼ਨ ਸਾਨੂੰ ਦੂਜੀਆਂ ਕਮਿਊਨਿਟੀਆਂ ਦੀ ਸਪੋਰਟ ਦੀ ਵੀ ਬਹੁਤ ਜ਼ਰੂਰਤ ਹੈ ਅਸੀਂ ਤਾਂ ਸਪੋਰਟ ਕਰਨੀ ਹੈ ਸਾਡਾ ਫਰਜ਼ ਹੈ ਤੇ ਮੈਂ ਇੰਨੀ ਹੀ ਰਿਕਵੈਸਟ ਕਰਨਾ ਸਭ ਨੂੰ ਕਿ ਘਰ ਤੋਂ ਘਟ ਜੈਸਵੀ ਬਲਾਕ ਤੇ ਅਸੀਂ ਰਹਿ ਰਹੇ ਹਾਂ ਜਿਵੇਂ ਮੈਂ ਵੀ ਬਲਾਕ 20 ਮਤਲਬ 28 ਡਿਸਟ੍ਰਿਕਟ ਹੈਗਾ ਤੇ ਮੈਂ ਆਲਰੇਡੀ ਆਪਣੇ ਦੋ ਬਲਾਕਾਂ ਨੂੰ ਕਵਰ ਕੀਤਾ ਹੈ ਮੈਂ ਘਰ ਹਰ ਇੱਕ ਘਰ ਗਿਆ ਕਿਉਂਕਿ ਇਹ ਤੇ ਹੈ ਨਹੀਂ ਕਿ ਹਰ ਘਰ ਸਾਡੀ ਕਮਿਊਨਿਟੀ ਦਾ ਹੀ ਹੋਏਗਾ ਸਾਡੇ ਬਲਾਕ ਦੇ ਅੰਦਰ ਤੇ ਸਾਰੀਆਂ ਕਮਿਊਨਿਟੀਆਂ ਹੈ ਨਹੀਂ ਉੱਥੇ ਚਾਹ ਬੰਗਲਾਦੇਸ਼ ਗਿਆਨੀ ਜਾਂ ਕੋਈ ਵੀ ਹੈ ਤੇ ਮੇਰੀ ਅਫੇਰ ਐਹੀ ਅਪੀਲ ਹੈ ਕਿ ਆਪਣੇ ਬਲਾਕ ਦੇ ਵਿੱਚ ਅਸੀਂ ਜ਼ਰੂਰ ਜਾਈਏ ਇੱਕ ਤੋਂ ਦੋ ਬਲਾਕ ਜ਼ਰੂਰ ਕਵਰ ਕਰੀਏ ਤੇ ਜਦੋਂ ਵੀ ਸਾਨੂੰ ਟਾਈਮ ਮਿਲਦਾ ਅਸੀਂ ਜਪਨੀਤ ਸਿੰਘ ਕੋਲੋਂ ਟਾਈਮ ਲਈਏ ਅਸੀਂ ਉਹਨੂੰ ਦਈਏ ਨਹੀਂ ਟਾਈਮ ਲਈਏ ਕਿ ਉਹ ਸਾਡੇ ਬਲਾਕ ਚ ਕਦੋਂ ਆ ਸਕਦਾ ਹੈ ਤੇ ਅਸੀਂ ਉਹਦੇ ਨਾਲ ਜਾ ਕੇ ਪੂਰਾ ਬਲਾਕ ਕਵਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੀ ਬੜੀ ਖੁਸ਼ੀ ਹੁੰਦੀ ਜਦੋਂ ਆਪਾਂ ਸਾਰੇ ਰਲ ਕੇ ਇਕੱਠੇ ਬਹਿੰਦੇ ਹਾਂ ਔਰ ਮੇਰੀ ਅੱਜ ਜੇ ਆਪਣੇ ਇਹ ਨਾਲ ਗੱਲ ਹੋ ਰਹੀ ਸੀਗੀ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਈਏ ਨਾ ਇੱਕ ਜਦੋਂ ਇਕੱਠੇ ਹੋ ਜਾਈਏ ਤੇ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ ਤਾਂ ਅਸੀਂ ਇਕੱਠੇ ਰਲ ਕੇ ਹੀ ਕਿਸੇ ਨਿਸ਼ਾਨੇ ਨੂੰ ਜਿੱਤ ਸਕਦੇ ਆ ਇਸ ਕਰਕੇ ਸਾਨੂੰ ਜਿਹੜੀਆਂ ਆਪਸ ਵਿੱਚ ਜਿਹੜੀਆਂ ਰੰਜਸ਼ਾਂ ਨੇ ਉਹਨਾਂ ਨੂੰ ਛੱਡ ਕੇ ਆਪਾਂ ਜਰੂਰ ਇਹਨਾਂ ਦੀ ਹੈਲਪ ਕਰੀਏ ਔਰ ਅਸੀਂ ਇਹਨਾਂ ਨੂੰ ਜਿਤਾਣਾ ਹੈ ਇਹ ਨਹੀਂ ਜੇਕਰ ਅਸੀਂ ਇਕੱਠੇ ਹੋ ਜਾਈਏ ਤੇ ਜਿਹੜੀਆਂ ਸਾਡੀਆਂ ਬਲਾਕਾਂ ਦੇ ਵਿੱਚ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਅਸੀਂ ਉਹਨਾਂ ਨੂੰ ਇਕੱਠੇ ਕਰ ਸਕਦੇ ਆ ਅਸੀਂ ਇਹਨਾਂ ਦੇ ਨਾਲ ਡੋਰ ਟੂ ਟੋਰ ਵੀ ਗਏ ਸੈਨ ਵੀ ਕਰਵਾਏ ਔਰ ਬਲਾਕਾਂ 'ਚ ਵੀ ਗਏ ਔਰ ਲੋਕਾਂ ਨੂੰ ਕਿਹਾ ਵੀ ਸਾਰਿਆਂ ਨੂੰ ਪ੍ਰੇਰਿਤ ਕੀਤਾ ਔਰ ਕਾਫੀ ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਚੱਲੇ ਨੇ ਤਾ ਉਹਨਾਂ ਦੇ ਤੇ ਗੱਲ ਆਪਾਂ ਬਾਅਦ ਚ ਕਰੀਏ ਪਹਿਲਾਂ ਅਸੀਂ ਆਪਣੀ ਕਮਿਊਨਿਟੀ ਦੀ ਕਰੀਏ ਆਪਾਂ ਸਾਰੇ ਇਕੱਠੇ ਹੋਈਏ ਤਾਂ ਇੱਕ ਜਿਹੜਾ ਸਰਦਾਰ ਵੀਰ ਹੈ ਸਾਡਾ ਖੜਾ ਹੋਇਆ ਪਹਿਲੀ ਵਾਰੀ ਤੇ ਆਪਾਂ ਇਹਨੂੰ ਵਿਨ ਕਰਾ ਕੇ ਤੇਨੂੰ ਆਪਾਂ ਘਰ ਲੈ ਕੇ ਆਣਾ ਔਰ ਅਸੀਂ ਜਿਹੜੇ ਸਾਡੇ ਕਮਿਊਨਿਟੀ ਦੇ ਕੰਮ ਨੇ ਅਸੀਂ ਇਹਨਾਂ ਦੇ ਥਰੂ ਲੈਣੇ ਨੇ ਅਸੀਂ ਐਸ ਕਰਕੇ ਇਹਨੂੰ ਵਿਨ ਕਰਕੇ ਅਸੀਂ ਅੱਗੇ ਲਜਾਣਾ ਤਾਂ ਮੈਂ ਨਾਲ ਹੀ ਜਿਹੜਾ ਜਿਹੜਾ মিডিਆ ਹੈ ਜੇਕਰ মিডিਆ ਵੀ ਚਾਵੇ মিডিਆ ਦੀ ਭੂਮਿਕਾ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਹੋਵੇ ਉਨੀ ਥੋੜੀ ਹੈ ਕਿਉਂਕਿ ਮੀਡੀਆ ਦੇ ਸਿਰ ਤੇ ਹੀ ਅੱਜ ਕੱਲ ਸਾਰਾ ਕੁਝ ਜੋ ਵੀ ਕੰਪੇਨ ਚੱਲਦੀ ਹੈ ਉਹਦੇ ਸਿਰ ਤੇ ਚੱਲਦੀ ਹੈ ਇਸ ਕਰਕੇ ਜਸ ਪੰਜਾਬੀ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹ ਸਮੇਂ ਸਿਰ ਉਹ ਸਾਰਾ ਕੁਝ ਜਿਹੜਾ ਉਹ ਕੈਚ ਕਰਕੇ ਉਸ ਪਬਲਿਕ ਤੱਕ ਪਹੁੰਚਾਉਂਦੇ ਨੇ ਔਰ ਆਪਾਂ ਸਾਰੇ ਹੀ ਰਲ ਕੇ ਇਹ ਅੱਲਾ ਮਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਪਨੀਤ ਵੱਲੋਂ ਤੇ ਆਪਣੇ ਪੂਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦਾ ਤੇ ਇਸ ਦੀ ਸਪੋਰਟ ਵਿੱਚ ਜਿੰਨੇ ਵੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਸ਼ਾਰਟ ਐਂਡ ਫਾਰਮ ਕਿ ਇਹ ਸਾਨੂੰ ਕੀ ਜ਼ਰੂਰਤ ਪਈ ਕਿ ਜਪਰੀਦ ਨੂੰ ਇਸ ਚੀਜ਼ ਦੀ ਰਨ ਕਰਨ ਦੀ ਲੋੜ ਪੈ ਗਈ ਲੋੜ ਇਸ ਲਈ ਪੈ ਗਈ ਕਿ ਇਹ ਵੀ ਆਪਣੀ 9 ਟੂ 5 ਜੌਬ ਕਰਕੇ ਆਰਾਮ ਨਾਲ ਬੈਠ ਸਕਦਾ ਸੀ ਮਗਰ ਇਸ ਨੇ ਚਾਹਿਆ ਕਿ ਮੈਂ ਆਪਣੀ ਕਮਿਊਨਿਟੀ ਲਈ ਕੁਝ ਕਰਾਂ ਆਪਣੇ ਲੋਕਾਂ ਲਈ ਕੁਝ ਕਰਾਂ ਕਿਉਂ ਕਰਾਂ ਕਿਉਂਕਿ ਸਾਡੀਆਂ ਆਪਣੀਆਂ ਪ੍ਰੋਬਲਮਸ ਨੇ ਸੀਨੀਅਰ ਸਿਟੀਜ਼ਨਸ ਦੀਆਂ ਕੈਪ ਡਰਾਈਵਰਸ ਦੀਆਂ ਇੱਕ ਕੰਸਟਰਕਸ਼ਨ ਵਰਕਰ ਦੀਆਂ ਉਹਨੂੰ ਅੱਗੇ ਲਿਜਾਣ ਵਾਲਾ ਸਾਡੀ ਕਮਿਊਨਿਟੀ ਵਿੱਚ ਅਜੇ ਤੱਕ ਤਾਂ ਕੋਈ ਨਹੀਂ ਆਇਆ ਤੇ ਲਾਓ ਇਸ ਵਾਰੀ ਅਸੀਂ ਇਹਨੂੰ ਜਿਤਾਈਏ ਇਸ ਵਾਰੀ ਸਿੰਘ ਦੀ ਵਾਰੀ ਇਹ ਸਮਝਦਾ ਵੀ ਇਹ ਤੁਹਾਡਾ ਸਾਰਿਆਂ ਦਾ ਆਪਣਾ ਬੱਚਾ ਹੈ ਔਰ ਸਾਨੂੰ ਡੋਰ ਟੂ ਡੋਰ ਜਾਣਾ ਚਾਹੀਦਾ ਹੈ ਹਰ ਇੱਕ ਕਮਿਊਨਿਟੀ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਜੇ ਅਸੀਂ ਇੱਥੇ ਮੀਟਿੰਗਾਂ ਕਰਕੇ ਚਲੇ ਗਏ ਬਹੁਤ ਜ਼ਿਆਦਾ ਸਪੋਰਟ ਹੋ ਰਹੀ ਹੈ ਸਰਦਾਰ ਜਪਨੀਤ ਸਿੰਘ ਨੂੰ ਔਰ ਸਾਡੇ ਪਰਿਵਾਰ ਵੱਲੋਂ ਵੀ ਹਰ ਇੱਕ ਗੁਰਦੁਆਰੇ ਵੱਲੋਂ ਵੀ ਆਰਸੀ ਨੂੰ ਕੰਮ ਜਵਾਬ ਅੱਗੇ ਭੇਜਣਾ ਹੈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਔਰ ਮੈਂ ਫੇਰ ਆਪਣੀ ਸਾਰੀ ਕਮਿਊਨਿਟੀ ਨੂੰ ਰਿਕਵੈਸਟ ਕਰਦਾ ਹਾਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਮਨ ਧਨ ਨਾਲ ਅਰ ਸਪੋਰਟ ਦੇ ਨਾਲ ਜਪਨੀਤ ਸਿੰਘ ਨੂੰ ਆਪਾਂ ਕਾਮਯਾਬ ਕਰੀਏ ਔਰ ਇੱਕ ਸਿੱਖ ਬੱਚੇ ਨੂੰ ਪਗੜੀ ਧਾਰੇ ਨੂੰ ਆਪਾਂ ਸਿਟੀ ਹਾਲ ਦੇ ਵਿੱਚ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਐਮ ਵੈਰੀ ਹੰਬਲਡ ਬਾਈ ਦਾ ਰਿਸਪੌਂਸ ਐਂਡ ਦਾ ਰਿਸਪੈਕਟ ਐਂਡ ਦਾ ਆਨਰ ਵੀਵ ਗਾਟਨ ਫਰਮ ਐਵਰੀਬਾਡੀ ਫਰਮ ਦਾ ਕਮਿਊਨਿਟੀ ਜਿਹੜਾ ਤੁਸੀਂ ਸਤਕਾਰ ਪਿਆਰ ਨਾਲ ਸਾਡਾ ਨਾਮ ਬੈਲਟਾਂ ਕਰ ਦਿੱਤਾ ਇਹ ਸਾਡੇ ਇਹ ਕੈਂਪੇਨ ਇੱਕ ਇੱਕ ਬੰਦੇ ਦੀ ਨਹੀਂ ਹੈ saudi community was there. For years, we have been misrepresented. We never had a voice. Today, behind me, all these folks, we're here for one, one cause. Our time, Sada ahak. it's time that we get it. We earn it, and we're gonna do it together. That we support now. Please, election June 22nd. If you live in South Ozan Park, South Richmond Hill, or South Jamaica, now's the time. If we get silence now. We will never. We may not have an opportunity for many years to come. So please, binti sari anu, jetai koi relative haga, neighbor haga, ona binti karke vote powo, and let's make history together. Sing 2021. ਸੋ ਤੁਸੀਂ ਸੁਣਿਆ ਸਾਰਿਆਂ ਨੂੰ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਜਿਹੜਾ ਯੂਥ ਹੈ ਉਹਨੇ empowerment ਦੀ ਗੱਲ ਕੀਤੀ ਉਸ ਤੋਂ ਇਲਾਵਾ ਜਿਹੜੀ ਇੱਥੇ ਊਮਨਸ ਨੇ ਉਹਨਾਂ ਨੇ ਵੀ empowerment ਦੀ ਗੱਲ ਕੀਤੀ ਔਰ ਕਿਹਾ ਕਿ ਪਬਲਿਕ ਸੇਫਟੀ ਲਾਅ ਐਂਡ ਆਰਡਰ ਮੈਂਟਲ ਸਿਕਨੈਸ ਜਿਹੜੀ ਸਾਡੀ ਕਮਿਊਨਿਟੀ ਨੂੰ ਹੋ ਰਹੀ ਹੈ ਡਰੱਗ ਅਬਿਊਸ ਸੋ ਵਕ ਵਕ ਜਿਹੜੇ ਉਹ ਸਾਊਥ ਰਿਚਮੰਡ ਹਿੱਲ ਯਾਨੀ ਕਿ ਡਿਸਟ੍ਰਿਕਟ 28 ਦੇ ਮਸਲੇ ਹਨ ਇਹਨਾਂ ਮਸਲਿਆਂ ਦੇ ਉੱਤੇ ਅਸੀਂ ਸਿੰਘ ਨੂੰ ਚਾਹੁੰਦੇ ਹਾਂ ਕਿ ਉਹ ਜੇਤੂ ਹੋਏ ਔਰ ਸਿਟੀ ਹਾਲ ਦੇ ਵਿੱਚ ਪਹੁੰਚੇ ਔਰ ਇਹ ਜਿਹੜਾ ਸਰਦਾਰ ਹੈ ਉਹ ਜਾ ਕੇ ਸਿਟੀ ਹਾਲ ਦੇ ਵਿੱਚ ਅਸਰਦਾਰ ਹੋਏ ਔਰ ਕਿਹਾ ਜਾ ਰਿਹਾ ਕਿ ਐਸਵਾਰ ਸਿੰਘ 2021 ਵਿਦ ਹਰਕੀਰਤ ਸਿੰਘ ਆਲੂਵਾਲੀਆ ਡਾਇਰੈਕਟਰ ਬ੍ਰਾਡਕਾਸਟਿੰਗ ਦੀਪਕ ਦਿਮੰਦ ਦੇ ਨਾਲ ਜਸ ਪੰਜਾਬੀ ਦੇ ਲਈ ਤੁਸੀਂ ਵੇਖ ਰਹੇ ਸੀਗੇ ਸਾਂਝੇ ਮਸਲੇ